ਖਾਨਾ ਤੇ ਸਿਸਟਮ ਦੇ ਹਲਕ ਚ ਫਾਨਾ ਓ ਖੇਤ ਤੇਰੇ ਖੂਨ ਨੂੰ ਫਿਰਦੇ ਓ ਜਿਹੜੇ ਪੱਤਰ ਕੀਤੇ ਐਂਟਰ ਨਾਲ ਖਿੱਚ ਲੈ ਜੱਟਾ ਖਿੱਚ ਲੈ ਕਿਰਤੀਆ ਖਿੱਚ ਤਿਆਰੀ ਤੇ ਜਾ ਪੈ ਗਿਆ ਸੈਂਟਰ ਨਾਲ ਵੱਟ ਕੇ ਤੇਰੇ ਖੇਤ ਚੋਂ ਪਿੱਪਲ ਹਿੱਕ ਤੇਰੀ ਤੇ ਲਾਉਣ ਨੂੰ ਫਿਰਦੇ ਵੱਟ ਤੇ ਨਹੀਂ ਕੋਈ ਚੜਨ ਦਿੱਤਾ ਤੂੰ ਤੇਰੀਆਂ ਵੱਟਾਂ ਤੋਂ ਨੂੰ ਫਿਰਦੇ ਓ ਪਿੰਡ ਪਿੰਡ ਵਿੱਚੋਂ ਭਰੋ ਟਰਾਲੀਆਂ ਗੱਲ ਨਹੀਂ ਬਣਨੀ ਕੈਂਟਰ ਨਾਲ ਖਿੱਚ ਲੈ ਜੱਟਾ ਖਿੱਚ ਲੈ ਕਿਰਤੀਆ ਖਿੱਚ ਤਿਆਰੀ ਵਿੱਚਾ ਪੈ ਗਿਆ ਸੈਂਟਰ ਨਾਲ ਖਿੱਚ ਲੈ ਗੋਲੂ ਵੇ ਖਿੱਚ ਲੈ ਗੋਲੂ ये तस्वीरां जो तुसी देख रहे हो लहरा काका दियां ने जिथों दे किसान 26 जनवरी नूं होण वाली ट्रैक्टर पिड़ दे विच हिस्सा लैण दियां तैयारियां खिंच रहे ने। लहरा काका दे विच भारतीय किसान यूनियन एकता दे आगू धर्मिंदर सिंह दी प्रधानता दे विच ਇਹ ਰੈਲੀ ਕੱਢੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਇਹ ਸਿਰਫ ਇੱਕ ਪਰੇਡ ਹੈ ਅਤੇ ਇਸ ਦੇ ਵਿੱਚ ਅਭਿਆਸ ਕੀਤਾ ਗਿਆ ਹੈ ਕਿ ਕਿਵੇਂ 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੇ ਵਿੱਚ ਉਹਨਾਂ ਦੇ ਵੱਲੋਂ ਹਿੱਸਾ ਲਿਆ ਜਾਵੇਗਾ। ਦੱਸ ਦਈਏ ਕਿ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੱਢੀ ਜਾਣੀ ਹੈ ਉਸੇ ਦੇ ਸੰਬੰਧ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਇੱਕ ਅਭਿਆਸ ਕੀਤਾ ਜਾ ਰਿਹਾ ਹੈ ਤੇ ਤਾਂ ਜੋ ਦਿੱਲੀ ਦੇ ਵਿੱਚ ਹੋਣ ਵਾਲੀ ਪਰੇਡ ਦੇ ਵਿੱਚ ਹਿੱਸਾ ਲਿਆ ਜਾ ਸਕੇ। ਇਸ ਮੌਕੇ ਧਰਮਿੰਦਰ ਸਿੰਘ ਨੇ ਕੀ ਕਿਹਾ ਆਓ ਉਹ ਵੀ ਸੁਣ ਲੈਂਦੇ ਹਾਂ। ਮਾਰਚ ਕੀਤਾ ਜਾ ਰਿਹਾ ਕਿਵੇਂ ਦੇਖਦੇ ਇਹ ਟਰੈਕਟਰ ਮਾਰਚ? ਮੈਂ ਧਰਮਿੰਦਰ ਸਿੰਘ ਪਿਛੌਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂ ਹਾਂ। ਲਹਿਰਾ ਗਾਗਾ ਜਾਣੀ ਅਸੀਂ ਅੱਜ ਟਰੈਕਟਰ ਮਾਰਚ ਕਰਨ ਲੱਗੇ ਹਾਂ ਜਿਹਦੇ 3 ਰੂਟ ਬਣਾਏ ਹੋਏ ਨੇ। ਪਿੰਡਾਂ ਦੇ ਵਿੱਚ 26 ਤਰੀਕ ਦੀਆਂ ਤਿਆਰੀਆਂ ਨੇਗੀਆਂ। ਇਹ ਨਿਯਮ ਵੱਧ ਇਹਨੂੰ ਜਾਬਤੇ ਵੱਧ ਚਲਾਉਣਾ ਸਾਡੀ ਇਹੀ ਡਿਊਟੀ ਹੈਗੀ। ਇਹਦੇ ਵੱਖਰੋ ਵੱਖਰੇ ਜਾਣੀ ਸਪੀਕਰ ਵਾਲੀਆਂ ਗੱਡੀਆਂ ਲਾ ਕੇ ਇੰਚਾਰਜ ਲੱਗੇ ਹੋਏ ਨੇਗੇ, ਨਾਲ ਮੋਟਰਸਾਈਕਲ ਲੱਗੇ ਹੋਏ ਨੇ ਐਸਕੌਰਟ ਕਰਨ ਤੇ। ਸ਼ਾਂਤੀਪੂਰਵਕ ਸਾਡਾ ਅੰਦੋਲਨ ਹੈ 26 ਤਰੀਕ ਨੂੰ ਜਿਹੜਾ ਉੱਥੇ ਮਾਰਚ ਹੋਣਾ ਦਿੱਲੀ ਦੇ ਵਿੱਚ, ਉਹਦੀ ਰਿਹਰਸਲ ਹੈਗੀ। ਇਹ ਜਾਣੀ ਲੋਕਾਂ ਨੂੰ ਜਾਗਰਤ ਵੀ ਕਰ ਰਹੇ ਹਾਂ ਅਤੇ ਸਰਕਾਰ ਨੂੰ ਵੀ ਦਿਖਾਉਣ ਜਾ ਰਹੇ ਹਾਂ ਵੀ ਅਸੀਂ ਸ਼ਾਂਤੀਪੂਰਵਕ ਪੀਸਫੁੱਲ ਰੱਖਣ ਵਾਲੇ ਲੋਕ ਆਂਗੇ ਉਹਦੇ ਵਿੱਚ। ਤੇ ਕਿੰਨਾ ਇਹਦਾ ਸਮਾਂ ਰਹੂਗਾ, ਕਿੰਨੇ ਵਜੇ ਤੱਕ ਕੱਢਿਆ ਜਾਊ ਅਤੇ ਕਿੰਨੇ ਪਿੰਡਾਂ ਦੇ ਵਿੱਚ ਜਾਣਾ ਹੈ ਮਾਰਚ ਅੱਜ? ਇਹ ਸਾਨੂੰ 12 ਪਿੰਡ ਜਾਣੀ 36 ਪਿੰਡਾਂ ਦੇ ਵਿੱਚ ਜਾਣਾ ਹੈ ਜੀ। ਇੱਕ ਪਾਸੇ ਨੂੰ ਜਾਣੀ 60 ਟਰੈਕਟਰ 70 ਟਰੈਕਟਰ ਭੇਜੇ ਨੇਗੇ, 70 ਤੋਂ 100 ਵੀ ਹੋ ਗਿਆ, ਹੁਣ ਵੱਧ ਗਏ ਟਰੈਕਟਰ ਜਿਵੇਂ ਜਿਵੇਂ ਕਾਫਲਾ ਵਧੀ ਜਾਂਦਾ ਅਤੇ ਅੱਗੇ ਵਧੀ ਜਾ ਰਹੇ ਨੇਗੇ। ਐਂ ਇਹਨਾਂ ਨੇ ਪੂਰਾ ਜਾਣੀ 32-35 ਪਿੰਡਾਂ ਦੇ ਵਿੱਚ ਅੱਜ ਸ਼ਾਮ ਜਾਣਾ, ਕੱਲ੍ਹ ਨੂੰ ਆਪਣਾ ਮੂਨਕ ਦੇ ਵਿੱਚ। ਪਰ ਕੇਂਦਰ ਸਰਕਾਰ ਕਹਿ ਰਹੀ ਹੈ ਵਾਰ ਵਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਟਰੈਕਟਰ ਮਾਰਚ ਨੂੰ, ਕਦੇ ਕੋਰਟ ਜਾਂਦੀ ਹੈ ਕਦੇ ਪੁਲਿਸ ਨਾਲ ਗੱਲਬਾਤ ਕਰਦੀ, ਕਿਵੇਂ ਦੇ? ਦੇਖੋ ਜੀ, ਕੇਂਦਰ ਸਰਕਾਰ ਪੁਲਿਸ ਗੱਲ ਇੱਕੋ ਹੀ ਹੈ, ਉਹੀ ਕੋਰਟ ਹੈ, ਉਹੀ ਕੇਂਦਰ ਸਰਕਾਰ ਹੈ, ਉਹੀ ਪੁਲਿਸ ਹੈ। ਉਹਨਾਂ ਦਾ ਇਹ ਰਵੱਈਆ ਹੈਗਾ ਰੋਕਣਾ ਲੋਕਾਂ ਨੂੰ, ਪਰ ਲੋਕ ਹੜ ਕਦੇ ਰੁਕਦੇ ਨਹੀਂ ਹੁੰਦੇ। ਇਹ ਸਰਕਾਰ ਆਪਦੀ ਪੜੀ ਵਿਚਾਰੇ ਕਾਨੂੰਨ ਰੱਦ ਕਰਕੇ ਵਾਪਸ ਮਾਰੇ ਤਾਂ ਲੋਕ ਆ ਜਾਣਗੇ ਘਰਾਂ ਨੂੰ। ਨਹੀਂ, ਟਰੈਕਟਰ ਮਾਰਚ 26 ਨੂੰ ਵੀ ਹੋਣਾ, ਉਦੋਂ ਬਾਅਦ ਵੀ ਹੋਣਾ, ਇਹ ਤਾਂ ਰੂਪ ਭੋਲਾਂ ਦੀਆਂ ਵੱਖ ਵੱਖ ਰੂਪ ਰੇਖਾਵਾਂ ਨੇ, ਚੱਲਦੀਆਂ ਰਹਿਣਗੀਆਂ। ਕਾਬਲੀ ਗੌਰ ਹੈ ਕਿ ਇਸ ਟਰੈਕਟਰ ਪਰੇਡ ਦੇ ਵਿੱਚ ਕਿਸਾਨ ਆਗੂਆਂ ਸਮੇਤ ਪਿੰਡਾਂ ਦੇ ਨੌਜਵਾਨ ਵੱਡੇ ਪੱਧਰ ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਵੱਲੋਂ ਇਹ ਟਰੈਕਟਰ ਪਰੇਡ ਕੱਢੀ ਗਈ ਅਤੇ ਅਭਿਆਸ ਕੀਤਾ ਗਿਆ। ਇਸ ਮੌਕੇ ਜੋ ਨੌਜਵਾਨ ਪਹੁੰਚੇ ਹੋਏ ਸਨ ਉਹਨਾਂ ਦਾ ਕੀ ਕਹਿਣਾ ਹੈ ਆਓ ਉਹ ਵੀ ਸੁਣ ਲੈਂਦੇ ਹਾਂ। ਸਰਕਾਰ ਨੇ ਸ਼ੁਰੂ ਤੋਂ ਜਦੋਂ ਸੰਘਰਸ਼ ਚੱਲਿਆ ਨਿੱਤ ਨਵੀਂ ਤੋਂ ਨਵੇਂ ਪੈਂਤੜੇ ਖੇਡ ਕੇ ਰੁਕਾਵਟਾਂ ਪਾਈਆਂ ਨੇ ਤਾਂ ਕਿ ਸੰਘਰਸ਼ ਨੂੰ ਤੋੜਿਆ ਜਾ ਸਕੇ, ਤਾਂ ਕਿ ਦੇਸ਼ ਦਾ ਕਿਸਾਨ ਔਰ ਮਜ਼ਦੂਰ ਇਕੱਠਾ ਹੋਇਆ ਜਿਹੜਾ ਉਹਨੂੰ ਤਾਰੋ ਪੀੜ ਕਰਨ ਵਾਸਤੇ ਇੱਕ ਨਵੇਂ ਤੋਂ ਨਵਾਂ ਪੈਂਤੜਾ ਖੇਡਿਆ ਜਾ ਰਿਹਾ। ਕਦੇ ਮਾਓਵਾਦੀ, ਕਦੇ ਖਾਲਿਸਤਾਨੀ, ਕਦੇ ਕਾਮਰੇਡ, ਕਦੇ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਕਿ ਫੰਡ 'ਤੇ ਵੀ ਫੰਡ ਕਿੱਥੋਂ ਆ ਰਿਹਾ, ਕਦੇ ਕਿਹਾ ਜਾ ਰਿਹਾ NIA ਵੱਲੋਂ ਨੋਟਸ ਭੇਜੇ ਜਾ ਰਹੇ ਨੇ ਤਾਂ ਕਿ ਇਹਨਾਂ ਆਗੂਆਂ ਨੂੰ, ਇਹਨਾਂ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਇਆ ਜਾ ਸਕੇ। ਇਸ ਕਰਕੇ ਸਰਕਾਰ ਨਵੇਂ ਪੈਂਤੜੇ ਖੇਡ ਰਹੀ ਹੈ, ਪਰ ਅਸੀਂ ਸ਼ਾਂਤਮਈ ਰਹਿ ਕੇ 26 ਤਰੀਕ ਨੂੰ ਲੋਕਤੰਤਰ ਮੌਕੇ, ਤਾਂ ਕਿ ਹਰ ਇੱਕ ਇਨਸਾਨ ਦਾ ਹੱਕ ਹੈ ਆਪਦੀ ਪਰੇਡ ਕਰਨ ਦਾ, ਕਿਸਾਨ ਪਰੇਡ ਹੈ ਜਿਹੜੀ ਅਸੀਂ ਸ਼ਾਂਤਮਈ ਰਿੰਗ ਰੋਡ 'ਤੇ ਕਰ ਰਹੇ ਹਾਂ, ਨਾ ਕਿ ਸਰਕਾਰੀ ਪਰੇਡ ਦੇ ਵਿੱਚ ਦਾਖਲਅੰਦਾਜ਼ੀ ਤੋਂ ਬਿਨਾਂ। ਕਾਬਲੀ ਗੌਰ ਹੈ ਕਿ ਕਿਸਾਨਾਂ ਦੇ ਵੱਲੋਂ ਕੱਢੀ ਜਾਣ ਵਾਲੀ ਇਸ ਟਰੈਕਟਰ ਪਰੇਡ ਨੂੰ ਲੈ ਕੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਅਤੇ ਦੂਜੇ ਪਾਸੇ ਦਿੱਲੀ ਪੁਲਿਸ ਦੇ ਵੱਲੋਂ ਵੀ ਸੁਪਰੀਮ ਕੋਰਟ ਦੇ ਅੱਗੇ ਅਪੀਲ ਦਰਜ ਕਰਵਾਈ ਗਈ ਸੀ ਕਿ ਇਸ ਟਰੈਕਟਰ ਪਰੇਡ ਨੂੰ ਰੋਕ ਲਿਆ ਜਾਵੇ, ਪਰ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਕਿਹਾ ਕਿ ਦਿੱਲੀ ਪੁਲਿਸ ਨੇ ਫੈਸਲਾ ਲੈਣਾ ਹੈ ਕਿ ਆਖਿਰ ਇਸ ਟਰੈਕਟਰ ਪਰੇਡ ਦੇ ਨਾਲ ਉਹਨਾਂ ਨੇ ਕਿਵੇਂ ਨਜਿੱਠਣਾ ਹੈ। ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ ਆਖ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਕੱਢੀ ਜਾਣ ਵਾਲੀ ਇਹ ਟਰੈਕਟਰ ਪਰੇਡ ਸ਼ਾਂਤੀਪੂਰਵਕ ਹੋਵੇਗੀ। ਬਿਊਰੋ ਰਿਪੋਰਟ, AV ਨਿਊਜ਼, ਪੰਜਾਬੀ।